ਗੁਰੂ ਚਰਨਾਂ ਵਿੱਚ ਬੈਠਣਾ ਨਸੀਬ ਹੋਇਆ ਹੈ। ਆਪ ਜੀ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ, ਵਡਭਾਗੇ ਹਾਂ ਕੁਛ ਆਸ ਕੁਛ ਉਮੀਦ ਦੇਣਾ ਇੱਥੋਂ ਚੱਲੀਏ ਅੱਜ ਨਹੀਂ। ਫਿਰ ਸੁਣਨਾ ਜ਼ਰਾ, ਮਨ ਜਿਤਨਾ ਧਰਮ ਧਨ ਦੇ ਨੇੜੇ ਹੈ ਉਤਨਾ ਤਾਂ ਧਰਮ ਦੇ ਨੇੜੇ ਨਹੀਂ। ਇਹਦੀ ਪਰੇਸ਼ਾਨੀ ਦਾ ਇਹੀ ਕਾਰਨ ਹੈ, ਇਹ ਧਨ ਦੀ ਖੋਜ ਵਿੱਚ ਰਹਿੰਦਾ, ਧਨ ਇਹਦੇ ਪ੍ਰਾਣਾਂ ਦੀ ਭੁੱਖ ਬਣ ਗਈ, ਚਾਹੇ ਆਪਣੇ ਲਈ ਇਕੱਠਾ ਕਰ ਲਏ ਚਾਹੇ ਪਰਿਵਾਰ ਲਈ ਇਕੱਠਾ ਕਰ ਲਏ। ਮੈਂ ਫਿਰ ਬੇਨਤੀ ਕਰਾਂ, ਜਰਾ ਇਸ ਮਨ ਨੂੰ ਗੁਰੂ ਚਰਨਾਂ ਵਿੱਚ ਲਿਆਈਏ। ਇੱਥੇ ਬੜਾ ਗੰਭੀਰ ਮਜ਼ਬੂਤ, ਧਨ ਵੀ ਜ਼ਰੂਰੀ ਹੈ, ਧਨ ਤੋਂ ਬਗੈਰ ਸੰਸਾਰ ਨਹੀਂ ਚੱਲਣਾ। ਨਿਰੰਕਾਰ ਦੇ ਦੇਸ਼ ਵਿੱਚ ਰਹਿਣਾ ਚਾਹੁੰਦੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਸ਼ਬਦ ਅੱਜ ਆਪ ਜੀ ਨੇ ਗਾਇਨ ਕੀਤਾ ਹੈ, ਸੁਣਿਆ ਹੈ, ਅਰਦਾਸ ਕਰਦੇ ਨੇ, ਬੇਨਤੀ ਕਰਨੀ ਸਿਖਾਉਂਦੇ ਨੇ ਸਾਨੂੰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਸੋ ਭਾਈ ਸੋ ਮੇਰਾ ਵੀਰ, ਕਿਉਂ ਜੀ ਬਾਣੀ ਨਾਤਾ ਦੱਸਦੀ ਆ, ਮੇਰਾ ਭਰਾ ਕੌਣ ਹੈ, ਮੇਰਾ ਵੀਰ ਕੌਣ ਹੈ? ਮੇਰਾ ਤਾਂ ਉਹੋ ਹੀ ਭਰਾ ਹੈ, ਉਹੋ ਹੀ ਵੀਰ ਹੈ ਜਿਹੜਾ ਮੈਨੂੰ ਮੇਰੇ ਸਤਿਗੁਰ ਦਾ ਸੁਨੇਹਾ ਦਿੰਦਾ, ਕੋਈ ਬਚਨ ਸੁਣਾਉਂਦਾ, ਕੋਈ ਮਹਿਮਾ ਗਾਉਂਦਾ, ਉਹ ਵੀਰ ਹੈ ਮੇਰਾ। ਮਨ ਨੂੰ ਪੁੱਛਣਾ ਵੀ ਇਹਦੇ ਕਿਹੜੇ ਵੀਰ ਨੇ, ਇਹ ਕਿਹਨਾਂ ਨੂੰ ਵੀਰ ਸਮਝਦਾ? ਸਤਿਗੁਰ ਉਹਨਾਂ ਨਾਲ ਨਾਤਾ ਬੰਨਣਾ ਚਾਹੁੰਦੇ ਨੇ ਜਿਹੜੇ ਉਹਦੇ ਪਿਆਰੇ ਨੇ, ਉਹਨਾਂ ਨਾਲ ਕਿਤੇ ਨਾਤਾ ਵੱਜੇ। ਕਿਉਂ? ਜਦੋਂ ਉਹਨਾਂ ਦੇ ਬਚਨ ਸੁਣਾਉਣਗੇ, ਪਾਤਸ਼ਾਹ ਦੇ ਬਚਨ ਸੁਣਾਉਣਗੇ, ਪਿਆਸ ਹੋਰ ਵਧੇਗੀ, ਪਿਆਸ ਹੋਰ ਵਧੇਗੀ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ। ਪੜ੍ਹ ਤਾਂ ਲਿਆ, ਮੈਂ ਵੀ ਗਾ ਲਿਆ ਤੁਹਾਡੇ ਸਾਹਮਣੇ, ਪਰ ਅਵਸਥਾ ਨਹੀਂ, ਅਵਸਥਾ ਹੈ ਨਹੀਂ। ਕਈ ਵਾਰੀ ਤੁਸੀਂ ਨਿੰਬੂ ਨਿੰਬੂ ਕਰੋ ਤੇ ਮੂੰਹ ਚ ਪਾਣੀ ਤਾਂ ਆ ਜਾਂਦਾ ਪਰ ਉਹ ਖਾਧਾ ਨਹੀਂ ਹੁੰਦਾ। ਐਵੇਂ ਹੀ ਪਹਿਲੇ ਹੀ ਜਦੋਂ ਕੀਰਤਨ ਸੁਣਦੇ ਹਾਂ, ਇਸਨੂੰ ਸੁਣ ਕੇ ਵੀ ਕਈ ਵਾਰੀ ਇੱਦਾਂ ਲੱਗਦਾ ਵੀ ਇਹ ਆਨੰਦ ਬਣ ਗਿਆ, ਪਰ ਉਹ ਬਣਿਆ ਨਹੀਂ ਹੁੰਦਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਜਿਉਂ ਤ੍ਰਿਖਾ ਬੰਤ ਬਿਨ ਨੀਰ। ਕਿਤੇ ਤੁਸੀਂ ਪਿਆਸੇ ਬੰਦੇ ਦੀ ਵਿਆਕੁਲਤਾ ਦੇਖਣੀ, ਉਹਨੂੰ ਤੁਸੀਂ ਕੁਛ ਵੀ ਕਹੀ ਜਾਓ, ਸਭ ਤੋਂ ਪਹਿਲਾਂ ਇਹ ਕਹੇਗਾ ਵੀ ਪਹਿਲਾਂ ਪਾਣੀ ਦਾ ਘੁੱਟ ਪਿਲਾ ਦੇ ਫਿਰ ਗੱਲ ਕਰ। ਉਹਦੀ ਉਪਰਾਮਤਾ ਦੱਸਦੀ ਆ ਉਸਦੀ ਮੰਗ ਕੀ ਆ ਅੰਦਰ। ਬੰਦਾ ਭੁੱਖਾ ਹੋਵੇ, ਕੋਈ ਕਹੇ ਵੀ ਤੂੰ ਕੀਰਤਨ ਸੁਣ, ਕਥਾ ਸੁਣ, ਕਹਿੰਦਾ ਪਹਿਲਾਂ ਪ੍ਰਸ਼ਾਦੇ ਦੀ ਗੱਲ ਕਰ, ਪਹਿਲਾਂ ਪ੍ਰਸ਼ਾਦੇ ਦੀ ਗੱਲ ਕਰ। ਭੁੱਖ ਲੱਗੀ ਹੈ, ਪਿਆਸ ਲੱਗੀ, ਪਿਆਸ ਭੁੱਖ ਲੱਗੀ ਹੈ। ਇੱਥੇ ਸਤਿਗੁਰ ਪਿਆਸ ਦੀ ਗੱਲ ਕਰਦੇ, ਪਿਆਸ ਨਹੀਂ ਲੱਗਦੀ, ਬਿਮਾਰ ਹੈ। ਜਿਸ ਨੂੰ ਭੁੱਖ ਨਾ ਲੱਗੇ, ਸਮਝ ਲਓ ਵੀ ਉਹਦਾ ਮੇਦਾ ਖਰਾਬ ਹੈ, ਉਹਨੂੰ ਭੁੱਖ ਨਹੀਂ ਲੱਗਦੀ।
ਰੋਟੀ ਪਈ ਵੀ ਹੋਵੇ, ਭੋਜਨ ਪਿਆ ਵੀ ਹੋਵੇ ਕਿ ਪਰੇ ਲੈ ਜਾ ਕਹਿੰਦਾ, ਕਿਉਂਕਿ ਅੰਦਰ ਬਿਮਾਰ ਹੈ। ਇਸ ਨੂੰ ਨਾਮ ਦੀ ਭੁੱਖ ਕਿਉਂ ਨਹੀਂ ਲੱਗਦੀ? ਕਿਉਂਕਿ ਰੋਗੀ ਹੈ। ਆ ਜਿੰਨੇ ਕੁ ਅਸੀਂ ਬੈਠੇ ਹਾਂ ਕੋਈ ਵਿਰਲਾ ਹੀ ਹੈ, ਨਹੀਂ ਤਾਂ ਪਾਤਸ਼ਾਹ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗੀਆਂ ਦੇ ਕੋਲ ਬੈਠੋਗੇ ਅੱਧੇ ਰੋਗੀ ਹੋ ਜਾਓਗੇ। ਫਿਰ ਸੁਣਨਾ ਜ਼ਰਾ, ਰੋਗੀਆਂ ਦੇ ਕੋਲ ਬੈਠਾਂਗੇ ਅੱਧੇ ਰੋਗੀ ਹੋ ਜਾਵਾਂਗੇ। ਉਹਨਾਂ ਦਾ ਹੀ ਰੋਗ ਸੁਣਦੇ ਸੁਣਦੇ ਇੱਦਾਂ ਲੱਗੇਗਾ ਵੀ ਅਸੀਂ ਆਪ ਵੀ ਰੋਗੀ ਹਾਂ। ਹੌਸਪੀਟਲ ਚਲੇ ਜਾਈਏ, ਤੁਹਾਨੂੰ ਇਸ ਤਰ੍ਹਾਂ ਲੱਗੇਗਾ ਜਿਵੇਂ ਸਾਰਾ ਸੰਸਾਰ ਹੀ ਬਿਮਾਰ ਪਿਆ। ਦੇਖ ਲੈਣਾ ਕਿਸੇ ਦਿਨ ਜਾ ਕੇ, ਸਾਰਾ ਸੰਸਾਰ ਹੀ ਰੋਗੀ ਆ। ਪਰ ਜੇ ਤੁਸੀਂ ਕਿਸੇ ਖੁਸ਼ੀ ਦੇ ਮੌਕੇ 'ਤੇ ਚਲੇ ਜਾਓ, ਤੁਹਾਨੂੰ ਇਵੇਂ ਲੱਗੇਗਾ ਜਿਵੇਂ ਸਾਰਾ ਸੰਸਾਰ ਹੀ ਨੱਚ ਰਿਹਾ। ਪਰ ਜੇ ਕਿਤੇ ਮਰਗ 'ਤੇ ਚਲੇ ਜਾਓ ਤਾਂ ਤੁਹਾਨੂੰ ਇੱਦਾਂ ਲੱਗਾ ਵੀ ਸਾਰਾ ਸੰਸਾਰ ਸੋਗ 'ਚ ਬੈਠਾ। ਜਿਸ ਵਾਤਾਵਰਣ ਵਿੱਚ ਤੁਸੀਂ ਰਹਿੰਦੇ ਹੋ ਉਸ ਵਾਤਾਵਰਣ ਵਿੱਚ ਤੁਹਾਡਾ ਮਨ ਟਲ ਜਾਂਦਾ। ਪਾਤਸ਼ਾਹ ਕਹਿੰਦੇ ਨੇ ਅੰਨ ਦਿਨ ਗੁਰ ਮਿਲ ਜਾਗੇ। ਕਿਉਂ ਜੀ, ਅਸੀਂ ਸਾਰੇ ਬੈਠੇ ਹਾਂ, ਇਹਨੂੰ ਵੀ ਤਾਂ ਜਾਗਣਾ ਹੀ ਕਹਿੰਦੇ ਨੇ, ਪਰ ਇਹਨੂੰ ਬਾਣੀ ਜਾਗਣਾ ਨਹੀਂ ਕਹਿ ਰਹੀ। ਜਦੋਂ ਸਤਿਗੁਰੂ ਜਗਾਉਂਦੇ ਨੇ ਉਦੋਂ ਫਿਰ ਇਸਦੀ ਸੁਰਤ ਜਾਗਦੀ ਹੈ, ਇਸਦੀ ਸੋਝੀ ਹੈ, ਇਸਨੂੰ ਸੋਝੀ ਆਉਂਦੀ ਹੈ। ਮਨ ਨੂੰ ਜਿਸ ਚੀਜ਼ ਦੀ ਸੋਝੀ ਨਹੀਂ ਉਸਨੂੰ ਇਹ ਯਾਦ ਨਹੀਂ ਕਰਦਾ, ਉਸਨੂੰ ਭੁਲਾ ਦਿੰਦਾ। ਫਿਰ ਬੇਨਤੀ ਸੁਣਨੀ, ਮਨ ਨੂੰ ਜਿਸ ਚੀਜ਼ ਦੀ ਸੋਝੀ ਨਹੀਂ ਉਸਨੂੰ ਵਿਸਾਰ ਦਿੰਦਾ, ਭੁਲਾ ਦਿੰਦਾ, ਗੁਆ ਦਿੰਦਾ, ਕਿਉਂਕਿ ਉਹਦੀ ਲੋੜ ਨਹੀਂ ਸਮਝਦਾ। ਮਨ ਨੂੰ ਪਰਿਵਾਰ ਦੀ ਸੋਝੀ ਹੈ, ਮਨ ਨੂੰ ਸੰਸਾਰ ਦੀ ਸੋਝੀ ਹੈ, ਮਨ ਨੂੰ ਧਨ ਦੀ ਸੋਝੀ ਹੈ, ਮਨ ਨੂੰ ਜਾਇਦਾਦ ਦੀ ਸੋਝੀ ਹੈ, ਪਰ ਨਾ ਤਾਂ ਇਸ ਨੂੰ ਗੁਰੂ ਦੀ ਸੋਝੀ ਹੈ, ਨਾ ਇਸ ਨੂੰ ਪਰਮਾਤਮਾ ਦੀ ਸੋਝੀ ਹੈ। ਇਸ ਕਰਕੇ ਇਸ ਨੂੰ ਯਾਦ ਨਹੀਂ ਆਉਂਦਾ, ਇਸ ਦੇ ਅੰਦਰ ਯਾਦ ਨਹੀਂ ਆਉਂਦੀ। ਉਸ ਦੇ ਅੰਦਰ ਤੁਸੀਂ ਕਦੇ ਦੇਖਿਆ, ਆਪਣੇ ਪੁੱਤਰ ਨੂੰ ਯਾਦ ਕਰਨਾ ਹੋਵੇ, ਪਤਨੀ ਨੂੰ ਯਾਦ ਕਰਨਾ ਹੋਵੇ, ਪਿਤਾ ਨੂੰ ਯਾਦ ਕਰਨਾ ਹੋਵੇ, ਤੁਸੀਂ ਢੋਲਕੀਆਂ ਬਾਜਿਆਂ ਨਾਲ ਯਾਦ ਕਰਦੇ ਹੋ? ਕਿਉਂ ਪਿਆਰੇ ਹੋ? ਤੁਸੀਂ ਢੋਲਕੀ ਪਹਿਲਾਂ ਬਾਜਾ ਵਜਾਉਂਦੇ ਹੋ ਜਦੋਂ ਪਰਿਵਾਰ ਨੂੰ ਯਾਦ ਕਰਦੇ ਹੋ ਕਿਸੇ ਨੂੰ, ਤਾਂ ਬਗੈਰ ਕਿਸੇ ਕਰਨ ਤੋਂ ਹੀ ਯਾਦ ਆਉਂਦੇ ਨੇ। ਪਰ ਹੈਰਾਨੀ ਇਸ ਗੱਲ ਦੀ ਹੈ ਵੀ ਰੱਬ ਨੂੰ ਯਾਦ ਕਰਨ ਲਈ ਕਰੋੜਾਂ ਹੀ ਪਤਾ ਨਹੀਂ ਬਾਜੇ ਟੁੱਟ ਗਏ, ਕਰੋੜਾਂ ਹੀ ਢੋਲਕੀਆਂ ਤਬਲੇ ਟੁੱਟ ਗਏ, ਸਾਜ ਟੁੱਟ ਗਏ, ਪਰ ਇਸ ਮਨੁੱਖ ਨੇ ਸੁਣਿਆ ਨਹੀਂ। ਆਖੋ ਸਤਨਾਮ ਵਾਹਿਗੁਰੂ। ਇਹ ਸੁਣਦਾ ਨਹੀਂ ਕਿਉਂਕਿ ਸੋਝੀ ਨਹੀਂ। ਆਖੋ ਸਤਨਾਮ ਵਾਹਿਗੁਰੂ। ਆਓ ਫਿਰ ਸ਼ਬਦ ਫਿਰ ਚੱਲੀਏ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਭਾਈ ਸੋ ਮੇਰਾ ਵੀਰ, ਸੋ ਭਾਈ ਸੋ ਮੇਰਾ ਵੀਰ, ਸੋ ਭਾਈ ਸੋ ਮੇਰਾ ਵੀਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ।
दर्शन का मेरा मन बातापत है ज्यों त्रिखा बंत बिन नीर त्रिखा बंत बिन नीर त्रिखा बंत बिन नीर मेरे हर की तुम की कोई बात सुनावे मेरे हर की तुम की कोई बात सुनावे मेरे मन प्रेम लगो हर तीर 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 मेरे हर प्रीतम की कोई बात सुनावे हर प्रीतम की कोई बात सुनावे हमरी बेदन हर प्रभु जाने हमरी बे हमरी बेदन हर प्रभ जाने मेरे मन अंतर की पीर मन अंतर की पीर मेरे मन अंतर की पीर मेरे हर प्रीतम की कोई बात सुनावे मेरे हर प्रीतम की कोई बात सुनावे मेरे मन प्रेम लगो हर तीर पत्थरां दे तीर नहीं बजदे मुड़ जांदे ने पिछे आ जांदे ने मनुख पत्थर तो भी करड़ा है ਪੱਥਰਾਂ ਨੂੰ ਵੀ ਭੰਨ ਕੇ ਇਸਨੇ ਸੀਮੈਂਟ ਬਣਾ ਲਿਆ ਤੀਰ ਵੀ ਉੱਥੇ ਲੱਗਦਾ ਜਿੱਥੇ ਜਗ੍ਹਾ ਨਰਮ ਹੋਵੇ ਇਹ ਵੇਦਨਾ ਜਿਹੜੀ ਹੈ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਤੀਰ ਲੱਗਿਆ ਮੇਰੇ ਸੀਨੇ ਵਿੱਚ ਉਸ ਮਾਲਕ ਦੀ ਬਾਣੀ ਦਾ ਇਸ ਕਰਕੇ ਤੇ ਬੈਠੇ ਆ ਕਿਤੇ ਕਿਤੇ ਤੀਰ ਲੱਗ ਜਾਏ ਆਖੋ ਸਤਨਾਮ ਵਾਹਿਗੁਰੂ ਅੰਦਨ ਗੁਰ ਮਿਲ ਜਾਗੇ ਆ ਜਾਗਣ ਲਈ ਹੈ ਜਿੱਥੇ ਅਸੀਂ ਬੈਠੇ ਹਾਂ ਨਾ ਗੁਰੂ ਦੇ ਸਨਮੁਖ ਬੈਠ ਕੇ ਕਿਤੇ ਉਹ ਬਾਣੀ ਦਾ ਤੀਰ ਲੱਗ ਜਾਏ ਕਿਤੇ ਜਾਗ ਜਾਏ ਇੱਕ ਹੈ ਸੋਣਾ ਜਿਵੇਂ ਆਮ ਸੌਂਦਾ ਉਸ ਤੋਂ ਅੱਗੇ ਹੈ ਜਾਗਣਾ ਜਿਵੇਂ ਅਸੀਂ ਜਾਗਦੇ ਹਾਂ ਇਸ ਨੂੰ ਬਾਣੀ ਸੌਣਾ ਕਹਿੰਦੀ ਹੈ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਇਸ ਭਰਮ ਵਿੱਚ ਇਹ ਸੁੱਤਾ ਪਿਆ ਵੀ ਮੈਂ ਇੱਥੋਂ ਜਾਣਾ ਨਹੀਂ ਇਸ ਭਰਮ ਵਿੱਚ ਹੀ ਇਹ ਬੈਠਾ ਵੀ ਇਹ ਮੇਰਾ ਹੈ ਇਹ ਸਦਾ ਮੇਰਾ ਹੀ ਰਹਿਣਾ ਇਸ ਭਰਮ 'ਚ ਬੈਠਾ ਇਹ ਜਿਹੜੀ ਭਰਮ ਦੀ ਨੀਂਦ ਹੈ ਇਹ ਇਸ ਦੀ ਟੁੱਟਦੀ ਨਹੀਂ ਪਾਤਸ਼ਾਹ ਕਹਿੰਦੇ
पता ते तां ही लगदा इस दे इर्द गिर्द की है जदों अख खुल जांदी है। एक सपना वो है जेड़ा अख खुल जाए तो टुट जाता, हो सकता अद्धे घंटे का दो घंटिया का हो। एक सपना वो है जेड़ा अख बंद हो जाए तो टुट जाता, हो भावें हो सकता 100 साल का हो, 50 साल का हो, 40 साल का हो। दोनों ही सपने ने ख्याल रखना। इनू पुछ तू कि सपनों में रहना। देखो सतगुर के सामने ये तो पुछने पैगा ना, मन में पातशाह ही पुछी जाते ने, मन रे कवन क मत तैन लीनी, एक खोटी मत किने दे दी तेनू। श्री गुरु ग्रंथ साहब पुछते ने मन नू रे कहिंदे ने, रे कोई बहुता सत्कार योग शब्द नहीं। जिहदे कहिंदे ओए तू की करदा, पातशाह कहिंदे ने मन रे कवन कमत तै लीनी, पर कदे कहिंदे ने सुन मन मित्र प्यारिया मेल वेला है। मित्र प्यारिया कदे मन नू मित्र प्यारा कहिंदे ने। एक ख्याल रखना जीवन का मनोरथ दूर समझ लेना मरण तो पहला, फिर सुननी बेनती। दुनिया तो जान तो पहला जीवन का मनोरथ समझ लेना कि यही है जो इसने अपना एम बनाया होया, भी खाना पीना हसना सौना विसर गया है मरना। खाना पीना हसना ते सौना, चार गल्लां पातशाह कहिंदे इहनू याद ने 24 घंटे। विसर गया है मरना, मौत दी ना गल इहनू कोई सुनावे तो डरदा। जिहड़े इहनू मौत दीआं गल्लां सुणाउंदा कहिंदा इहो जी गल्लां सुणा यार, कुछ अज दी गल सुणा। आखो सतनाम वाहिगुरू। खसम विसार खुआरी कीनी, त्रिग जीवन नहीं रहना। पातशाह कहते उस मालिक नूं विसार के खुआरी हो गई तेरी सारे जीवन दी, तरकार है इस जीवन नूं इन्हें रहना नहीं। क्यों जी कोई है तुहाडे ख्याल च जिहड़ा कोई सदा लई जींदा रहा? ਭਾਲ ਕਾਲ ਥੱਕੇ ਕੋਈ ਰਹਿਣ ਨਾ ਪਾਇਆ, ਜੀਵ ਤਿਆਂ ਮਰ ਰਹੀ ਹੈ। ਪਾਤਸ਼ਾਹ ਕਹਿੰਦਾ ਕਾਲ ਥੱਕੇ ਲੱਭ ਲੱਭ ਕੇ ਥੱਕੇ ਕੋਈ ਉਹ ਬੰਦਾ ਮਿਲ ਜਾਏ ਜਿਹੜਾ ਸਦਾ ਲਈ ਜਿਉਂਦਾ ਸੀ। ਜੀਵ ਤਿਆਂ ਮਰ ਰਹੀ ਹੈ, ਜੀਂਦਾ ਜੀਂਦੇ ਮਰਨਾ ਸਿੱਖ ਜਾ, ਤੈਨੂੰ ਮਰਨਾ ਹੀ ਨਹੀਂ ਪਏਗਾ, ਸਦਾ ਲਈ ਜਿਉਂਦਾ ਹੋ ਜਾਏਗਾ, ਪਰ ਕਿਤੇ ਮਰਨਾ ਸਿੱਖ ਜਾਂਦਾ। किसी तो पूछना पेगा ना, उन्होंने गुरमुख कह लीए, भाई साहब कह लीए, संत कह लीए, ब्रह्म ज्ञानी कह लीए, अखरदा तो कोई रौला ही नहीं। अखर की कोई समस्या नहीं। सो भाई सो मीरा वीर जेड़ा वो दे बचन सुनावे, वो मेरा भरा आ, मेरा वीर आ, मेरा रिश्तेदार आ, मेरा मित्र आ। ਹਾਉ ਵਾਰੀ ਤਿਸ ਮਿੱਤਰ ਵਿਚੋਲੇ ਜਾ ਮਿਲ ਕੰਤ ਪਛਾਣਾ। ਕੋਈ ਹੈ ਕੋਈ ਮਿੱਤਰ ਲੱਭਿਆ ਜਿਹੜਾ ਕਿ ਪਛਾਣ ਦੱਸਦਾ? ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਰਹਿੰਦੇ ਸੀ, ਬਾਬਾ ਲਹਿਣਾ ਜੀ ਮਿਲਣ ਗਏ ਘੋੜ ਘੋੜੀ 'ਤੇ ਚੜ ਕੇ, ਸਤਿਗੁਰ ਜੀ ਅੱਗਿਓਂ ਲੈਣ ਆ ਗਏ। ਕਮਾਲ ਹੈ, ਧਨ ਸਿੱਖੀ ਹੈ ਜਿਸ ਨੂੰ ਸਤਿਗੁਰ ਲੈਣ ਆਉਂਦਾ, ਅਤੇ ਸਾਨੂੰ ਕਦੇ ਕਦੇ ਸ਼ਰਾਬੀ ਲੈਣ ਆਉਂਦੇ ਨੇ ਸ਼ਾਮ ਨੂੰ। ਆਖੋ ਸਤਨਾਮ ਵਾਹਿਗੁਰੂ।
ਸਾਨੂੰ ਉਹ ਲੱਭਦੇ ਫਿਰਦੇ ਨੇ ਵੀ ਕਿਤੇ ਸ਼ਾਇਦ ਟਾਕਰਾ ਹੋ ਜਾਏ, ਘਰ ਰੱਖੀ ਹੋਣੀ, ਮਾੜਾ ਮੁੱਟ ਘੁੱਟ ਦੋ ਲਾ ਲਈਏ। ਕਦੇ ਕਦੇ ਸੰਗ ਆਉਂਦੀ ਨਾ, ਕਦੇ ਕਦੇ ਸ਼ਰਮ ਆਉਂਦੀ ਜੀਵਨ 'ਤੇ ਇਹੋ ਜਿਹਾ। ਸਾਨੂੰ ਕਿਹੜੇ ਲੱਭਦੇ ਫਿਰਦੇ ਨੇ, ਸਤਿਗੁਰ ਕਿਹਨਾਂ ਨੂੰ ਲੱਭਦਾ? ਪੁੱਛਦੇ ਨੇ ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਕਿੱਥੇ ਮਿਲਣਗੇ? ਖਿਆਲ ਰੱਖਣਾ ਨਿਰੰਕਾਰ ਸਾਹਮਣੇ ਹੋਵੇ, ਦੇਖਣ ਵਾਲੀ ਪਛਾਣਨ ਵਾਲੀ ਅੱਖ ਨਾ ਹੋਵੇ ਤੇ ਹਜ਼ਾਰਾਂ ਮੀਲ ਦੂਰ ਲੱਗਦਾ। ਆਖੋ ਸਤਨਾਮ ਵਾਹਿਗੁਰੂ। ਸਾਹਮਣੇ ਖੜੇ ਨੇ ਗੁਰੂ ਨਾਨਕ ਸਾਹਿਬ, ਕਹਿੰਦੇ ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਕਿੱਥੇ ਮਿਲਣਗੇ? ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਤੁਹਾਨੂੰ ਮਿਲਾ ਦਿੰਦੇ, ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ। ਆਪ ਅੱਗੇ ਅੱਗੇ ਪੈਦਲ ਹੋ ਤੁਰੇ ਤੇ ਬਾਬਾ ਜੀ ਘੋੜੀ 'ਤੇ ਨੇ, ਬਾਬਾ ਲਹਿਣਾ ਜੀ। ਕਹਿੰਦੇ ਉੱਥੇ ਘੋੜੀ ਬੰਨ ਦਿਓ ਤੇ ਅੰਦਰ ਕਮਰੇ 'ਚ ਆ ਜਾਓ। ਆਪ ਪਿਛਲੇ ਕਮਰੇ ਦੀ ਵਿੱਚ ਦੀ ਹੋ ਕੇ ਜਿੱਥੇ ਪਲੰਘ ਸੀ ਉੱਥੇ ਬੈਠਣ ਲਈ, ਉੱਥੇ ਆਪ ਬੈਠ ਗਏ। ਜਦੋਂ ਅੰਦਰ ਆ ਕੇ ਦੇਖਿਆ ਤਾਂ ਗੁਰੂ ਨਾਨਕ ਸਾਹਿਬ ਬੈਠੇ ਨੇ। ਕਹਿੰਦੇ ਪਾਤਸ਼ਾਹ ਤਾਂ ਵੱਡਾ ਪਾਪ ਹੋ ਗਿਆ, ਮੈਂ ਘੋੜੀ 'ਤੇ ਸੀ, ਤੁਸੀਂ ਪੈਦਲ ਮੇਰੇ ਅੱਗੇ ਤੁਰੇ ਸੀ, ਪੈਦਲ ਤੁਰੇ ਸੀ ਤੁਸੀਂ, ਇਹ ਵੱਡਾ ਪਾਪ ਕੌਣ ਬਖਸ਼ੇਗਾ? ਤੁਸੀਂ ਦੱਸਿਆ ਵੀ ਨਹੀਂ ਕਿ ਮੈਂ ਹੀ ਗੁਰੂ ਨਾਨਕ ਹਾਂ, ਮੈਂ ਘੋੜੀ ਛੱਡ ਦਿੰਦਾ ਪੈਦਲ ਆ ਜਾਂਦਾ ਨਾਲ। ਅਤੇ ਮੇਰੇ ਮਾਲਕ ਕਹਿਣ ਲੱਗੇ ਲੈਣਿਆ ਜਿਸਨੇ ਲੈਣਾ ਹੋਵੇ ਉਹ ਘੋੜੀਆਂ 'ਤੇ ਹੀ ਚੜ੍ਹ ਕੇ ਆਉਂਦੇ ਆ, ਜਿਹਨਾਂ ਨੇ ਦੇਣਾ ਹੋਵੇ ਉਹ ਪੈਦਲ ਹੀ ਤੁਰਦੇ ਨੇ। ਆਖੋ ਸਤਨਾਮ ਵਾਹਿਗੁਰੂ। ਜਿਹਨਾਂ ਨੇ ਲੈਣਾ ਹੋਵੇ ਉਹ ਤਾਂ ਘੋੜਿਆਂ ਦੀ ਆਉਂਦੇ ਨੇ। ਔਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਰਕੇ ਜਾਣੇ ਗਏ। ਫਿਰ ਆਪ ਜੀ ਨੂੰ ਕਹਿ ਰਿਹਾ ਦੋ ਦਿਨ ਬਾਕੀ ਹੋਰ ਨੇ, ਗੱਲ ਸਮਝ ਆ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਹੈ। ਆਂਦਿਨ ਗੁਰ ਮਿਲ ਜਾਗੇ, ਕੋਈ ਮਿਲਿਆ ਹੈ, ਸੋਝੀ ਆ ਗਈ, ਗੁਰ ਕੀ ਸੇਵਾ ਲਾਗੇ ਕੀ ਸੋਝੀ ਆ ਗਈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਦਾ ਬਲ ਤਾਂ ਇਹਨੂੰ ਵੀ ਆਉਂਦਾ। ਅੱਜ ਜਿੰਨੇ ਅਸੀਂ ਬੈਠੇ ਹਾਂ ਨਾ, ਧੀਆਂ ਪੁੱਤਰਾਂ ਦੀ, ਮਾਤਾ ਪਿਤਾ ਦੀ, ਸੱਜਣਾਂ ਦੀ, ਰਿਸ਼ਤੇਦਾਰਾਂ ਦੀ ਸੇਵਾ ਤਾਂ ਕਰਦੇ ਹੀ ਹਾਂ, ਕਰਦੇ ਹੀ ਹਾਂ, ਰੋਜ਼ ਕਰਦੇ ਹਾਂ। ਪਰ ਕਦੇ ਗੁਰੂ ਦੀ ਸੇਵਾ ਕਰਨ ਦਾ ਵੀ ਕਦੇ ਚਾਅ ਆਇਆ? ਕਦੇ ਜਾਗਿਆ ਮਨ? ਕਦੇ ਪ੍ਰੇਰਨਾ ਅੰਦਰੋਂ ਮਿਲੀ ਤੇ ਗੁਰੂ ਦਰਬਾਰ 'ਚ ਚੱਲੀਏ, ਗੁਰੂ ਘਰ 'ਚ ਚੱਲੀਏ? ਤਿੰਨ ਤਰ੍ਹਾਂ ਸੇਵਾ ਕਮਾਲ ਹੁੰਦੀ ਗੁਰਮੁਖੋ। ਇੱਕ ਤਾਂ ਮਾਇਆ ਦੇ ਨਾਲ, ਤੁਹਾਡੇ ਕੋਲ ਮਾਇਆ ਹੈ, ਤੁਸੀਂ ਮਾਇਆ ਨਾਲ ਸੇਵਾ ਕਰਦੇ ਹੋ। ਇੱਕ ਕੋਲ ਮਾਇਆ ਹੈ ਨਹੀਂ, ਉਹ ਤਨ ਦੀ ਸੇਵਾ ਨਹੀਂ ਕਰ ਸਕਦਾ, ਉਹ ਤਨ ਦੀ ਸੇਵਾ ਕਰ ਦਿੰਦਾ, ਉਹ ਹੱਥਾਂ ਨਾਲ ਸੇਵਾ ਕਰਦਾ, ਬਰਤਨ ਮਾਂਜਣੇ, ਆ ਵਿਛਾਉਣੇ ਵਿਛਾਉਣੇ, ਦਰੀਆਂ ਵਿਛਾਉਣੀਆਂ, ਉਹ ਤਨ ਨਾਲ ਕਰ ਸਕਦਾ। ਜਿਸ ਦਾ ਤਨ ਵੀ ਨਾ ਚੱਲੇ ਅਤੇ ਧਨ ਵੀ ਨਾ ਹੋਵੇ, ਉਹ ਫਿਰ ਰਸਨਾ ਨਾਲ ਸਿਮਰਨ ਤਾਂ ਕਰ ਹੀ ਸਕਦਾ। ਕੀ ਖਿਆਲ ਆ? ਸੰਤ ਕੀ ਸੇਵਾ ਨਾਮ 'ਤੇ ਆਈਏ, ਉਸ ਤਰ੍ਹਾਂ ਸੇਵਾ ਕਰਦੇ ਨੇ ਗੁਰਮੁਖ। ਪਰ ਇੱਕ ਹੀ ਕਰ ਲਾ, ਕੋਈ ਕਰ ਲੈ, ਜੁੜ ਜਾਏਗਾ ਗੁਰੂ ਦੇ ਨਾਲ। ਇੱਕੋ ਇੱਕ ਇਹਦੀ ਇੱਛਾ ਹੈ ਵੀ ਸਭ ਕੁਝ ਬਚਾ ਕੇ ਆਪਣਿਆਂ ਨੂੰ ਦੇ ਕੇ ਜਾਣਾ,
ਇਹਦੀ ਪਰਬਲ ਇੱਛਾ, ਚਾਹੇ ਲੁੱਟ ਕੇ ਕਿਉਂ ਨਾ ਦੂਜਿਆਂ ਦਾ ਆਪਣਿਆਂ ਨੂੰ ਦੇ ਕੇ ਜਾਵੇ, ਇਹਦੇ ਅੰਦਰੋਂ ਇਹ ਢੀਠਪੁਣਾ ਜਾਂਦਾ ਨਹੀਂ, ਇਹਦੇ ਅੰਦਰੋਂ ਇਹ ਭੁੱਖ ਜਾਂਦੀ ਨਹੀਂ ਵੀ ਜੋ ਕੁਝ ਦੇ ਕੇ ਜਾਣਾ ਆਪਣਿਆਂ ਨੂੰ, ਇਹ ਆਪਣੇ ਸਮਝਦਾ। ਜਿਹਨਾਂ ਨੂੰ ਸਤਿਗੁਰ ਕਹਿੰਦੇ ਨਿੱਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਥੋੜਾ ਕਿਤੇ 8000 ਏਕੜ ਥੋੜੀ ਹੁੰਦੀ ਜ਼ਮੀਨ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਲਗਾ ਦਿੱਤੀ, ਇੱਥੇ ਕੋਈ 8 ਸਰਸਾਈਆਂ ਨਹੀਂ ਛੱਡਦਾ। 8000 ਏਕੜ ਤਾਂ ਤੁਹਾਡੀ ਹੈ। ਗੱਲ ਫਿਰ ਸੋਝੀ ਦੀ ਹੈ, ਗੱਲ ਫਿਰ ਸਮਝਦੀ ਹੈ, ਗੱਲ ਫਿਰ ਜਾਗਣ ਦੀ ਆ। ਕੋਈ ਜਾਗ ਜਾਏ, ਉਹੀ ਸੌਦਾ ਕਰਦੇ ਨੇ ਫਿਰ। ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਏ। ਇੱਕ ਖਿਆਲ ਰੱਖਣਾ, ਸਤਿਗੁਰ ਕੀ ਦਿੰਦੇ ਨੇ ਇਹਦੇ ਇਹਦੇ ਇਵਜ਼ ਵਿੱਚ, ਅਤੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸਿੱਖ ਕੋ ਨਾਮ ਧਨ ਦੇ। ਖੋਟੇ ਪੈਸੇ ਨਾਲ ਸੱਚਾ ਸੌਦਾ ਮਿਲ ਜਾਏ ਕੋਈ ਮਾੜਾ ਨਹੀਂ, ਖਿਆਲ ਰੱਖਣਾ ਜ਼ਰਾ, ਕੋਈ ਬੁਰਾ ਨਹੀਂ। ਮਨ ਇਹਦਾ ਖੋਟਾ, ਤਨ ਇਹਦਾ ਖੋਟਾ, ਧਨ ਇਹਦਾ ਖੋਟਾ, ਇਹ ਕਰੰਸੀ ਉੱਪਰ ਨਹੀਂ ਚੱਲਦੀ, ਇਹਦਾ ਸਭ ਕੁਝ ਹੀ ਖੋਟਾ ਵਿਚਾਰੇ ਦਾ, ਸਭ ਕੁਝ ਖੋਟਾ। ਪਰ ਖੋਟਿਆਂ ਨੂੰ ਹੀ ਸੰਭਾਲ ਕੇ ਰੱਖਿਆ ਇਸਨੇ। ਪੂਰਨ ਤ੍ਰਿਪਤ ਅਗਾਏ ਪਾਤਸ਼ਾਹ ਕਹਿੰਦੇ, ਜਿਉਂ ਹੀ ਜਾਗ ਪਏ, ਜਿਉਂ ਹੀ ਕਿਰਪਾ ਹੋ ਗਈ, ਉਸ ਤੋਂ ਬਾਅਦ ਉਹ ਜਿਹੜੀ ਭੁੱਖ ਸੀ ਨਾ ਸੰਸਾਰ ਦੀ, ਪਦਾਰਥਾਂ ਦੀ, ਉਹ ਮੁੱਕ ਗਈ। ਜਦੋਂ ਉਹ ਮੁੱਕ ਗਈ, ਸਹਿਜ ਸਮਾਦ ਸੁਭਾਏ। ਇੱਕ ਸਮਾਧੀ ਆ, ਲੱਤਾਂ ਆਕੜ ਗਈਆਂ, ਕਹਿੰਦਾ ਸਮਾਧ ਲੱਗੀ ਆ। ਸਮਾਧ ਕੀ ਆ? ਸਮਾਧਾਨ ਹੋ ਜਾਣਾ ਹਰ ਚੀਜ਼ ਦਾ। ਸਮਾਧਾਨ ਹੋ ਗਿਆ ਵੀ ਚਾਹੀਦਾ ਕੀ ਆ ਅਤੇ ਕੀ ਨਹੀਂ ਚਾਹੀਦਾ, ਇਹਦਾ ਨਾਂ ਹੀ ਸਮਾਧੀ ਆ। ਸਤਿਗੁਰ ਕਹਿੰਦੇ ਨੇ ਇੱਛਾ ਨਾ ਕੋਈ ਰਹੇ, ਪੂਰਨ ਤ੍ਰਿਪਤ ਅਗਾਏ, ਸਹਿਜ ਸਮਾਧ ਸੁਭਾਏ। ਹਰ ਭੰਡਾਰ ਹੱਥ ਆਇਆ, ਨਾਨਕ ਗੁਰ ਤੇ ਪਾਇਆ। ਲੈ ਕੇ ਜਾਣਾ ਕੁਝ ਉੱਥੇ ਵੀ ਜਿੱਥੇ ਲੇਖਾ ਹੁੰਦਾ। ਉਹ ਜਿਹੜਾ ਪਾਤਸ਼ਾਹ ਕਹਿੰਦੇ ਨਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਨਾਮ ਧਨ ਦਾ ਸੁਨੇਹਾ ਹੀ ਗੁਰਮੁਖ ਲੈ ਕੇ ਆਉਂਦੇ ਨੇ। ਨਾਮ ਧਨ ਦਾ ਸੁਨੇਹਾ ਲੈ ਕੇ ਆਉਂਦੇ ਨੇ, ਵੱਡੇ ਭਾਗ ਸਾਧੂਆਂ ਦੇ। ਧਨ ਦਾ ਸੁਨੇਹਾ ਲੈ ਕੇ ਆਉਂਦੇ ਨੇ, ਉਹ ਵੱਡੇ ਭਾਗ ਸਾਧੂਆਂ ਦੇ। ਨਾਮ ਧਨ ਦਾ ਲੈ ਕੇ ਆਉਂਦੇ ਨੇ, ਵੱਡੇ ਭਾਗ ਸਾਧੂਆਂ ਦੇ। ਨਾਮ ਧਨ ਦਾ ਲੈ ਕੇ ਆਉਂਦੇ ਨੇ, ਵੱਡੇ ਭਾਗ ਸਾਧੂਆਂ ਦੇ। ਨਾਮ ਧਨ ਦਾ ਸੁਨੇਹਾ ਲੈ ਕੇ ਆਉਂਦੇ ਨੇ, ਵੱਡੇ ਭਾਗ ਸਾਧੂਆਂ ਦੇ। ਨਾਮ ਧਨ ਦਾ ਸੁਨੇਹਾ ਲੈ ਕੇ ਆਉਂਦੇ ਨੇ, ਵੱਡੇ ਭਾਗ ਸਾਧੂਆਂ ਦੇ। ਧਨ ਦਾ ਸੁਨੇਹਾ ਲੈ ਕੇ ਆਉਂਦੇ ਨੇ, ਵੱਡੇ ਭਾਗ ਸਾਧੂਆਂ ਦੇ। ਨਾਮ ਧਨ ਦਾ ਸੁਨੇਹਾ
बड़े भाग साधुआने बड़े भाग जी साधुआन दे बड़े भाग जी साधुआन दे बड़े भाग जी वडे भाग जी साधुआं दे 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 वडे भाग जी ਧੰਨ ਦਾ ਸੁਨੇਹਾ ਲੈ ਕੇ ਆਉਂਦੇ ਨੇ ਵੱਡੇ ਭਾਗ ਸਾਧੂਆਂ ਦੇ ਨਾਮ ਧੰਨ ਦਾ ਖਜ਼ਾਨਾ ਲੈ ਕੇ ਆਉਂਦੇ ਨੇ ਵੱਡੇ ਭਾਗ ਸਾਧੂਆਂ ਦੇ ਹੋਕਾ ਦਿੰਦੇ ਨੇ ਹੋਕਾ ਦਿੰਦੇ ਨੇ ਕੋਈ ਨਾਮ ਧਨ ਦਾ ਵਪਾਰੀ ਹੈ ਤੇ ਆ ਜਾਏ ਨਾਮ ਧਨ ਕਿਸੇ ਨੇ ਲੈਣਾ ਤੇ ਆ ਜਾਏ ਇਹ ਖਜ਼ਾਨਾ ਕਦੇ ਮੁੱਕਦਾ ਨਹੀਂ ਤੁਸੀਂ ਕਹੋਗੇ ਨਾਮ ਖਜ਼ਾਨੇ ਨਾਲ ਕੀ ਮਿਲਦਾ ਕੀ ਹੈ ਇਹ ਵਸਤੂ ਅਮੋਲਕ ਜਿਹੜਾ ਮਨ ਇਸ ਪਾਸੇ ਨੂੰ ਜਾਂਦਾ ਹੀ ਨਹੀਂ ਪਾਤਸ਼ਾਹ ਕਹਿੰਦੇ ਨੇ ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਉਹ ਬੁੱਝ ਜਾਂਦੀ ਹੈ ਬੁੱਝ ਗਈ ਤ੍ਰਿਸ਼ਨਾ ਹਰ ਯਸ਼ਨ ਅਗਾਨੇ ਜਪ ਜਪ ਜੀਵ ਸਾਰਣ ਪਾਨੇ ਤ੍ਰਿਸ਼ਨਾ ਬੁੱਝ ਗਈ ਭੁੱਖ ਬੁੱਝ ਗਈ ਤ੍ਰਿਪਤ ਹੋ ਗਏ ਜੀਵਨ ਮੁਕਤ ਹੋ ਗਏ ਤੁਸੀਂ ਕਹੋਗੇ ਵੇਖ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਰੀਰਕ ਲੋੜਾਂ ਬ੍ਰਹਮ ਗਿਆਨੀ ਵੀ ਨਹੀਂ ਰੋਕ ਸਕਿਆ ਆਹ ਸੁਣਨਾ ਜ਼ਰਾ ਸਰੀਰਕ ਲੋੜਾਂ ਬ੍ਰਹਮ ਗਿਆਨੀ ਵੀ ਨਹੀਂ ਮੁਕਾ ਸਕਿਆ ਕਦੇ ਤੁਸੀਂ ਆਰਤੀ ਪੜ੍ਹਦੇ ਹੋ ਧੰਨਾ ਜੀ ਦੀ ਕਹਿੰਦੇ ਨੇ ਘਰ ਕੀ ਗਈ ਹਨ ਚੰਗੀ ਜਨ ਧੰਨਾ ਲੇਵੇ ਮੰਗੀ ਇੱਕ ਪਤਨੀ ਵੀ ਚਾਹੀਦੀ ਆ ਦਾਲ ਵੀ ਚਾਹੀਦੀ ਆ ਆਟਾ ਵੀ ਚਾਹੀਦਾ ਸਰੀਰਕ ਲੋੜ ਨੂੰ ਬ੍ਰਹਮ ਗਿਆਨੀ ਵੀ ਨਹੀਂ ਮੋੜ ਸਕਿਆ ਇਹ ਤਾਂ ਚਾਹੀਦਾ ਹੀ ਆ ਪਰ ਸਰੀਰਕ ਲੋੜਾਂ ਤੋਂ ਬਾਅਦ ਇੱਕ ਆਤਮਿਕ ਲੋੜ ਹੈ ਪਰ ਉਸ ਤੋਂ ਪਹਿਲੇ ਇੱਕ ਬਹੁਤ ਵੱਡੀ ਦੀਵਾਰ ਹੈ ਗੁਰੂ ਕੋ ਮਾਈ ਮਾਇਆ ਛਲ ਜੋ ਸੱਚ ਨਹੀਂ ਹੈ ਉਸੇ ਸੱਚ ਮੰਨ ਬੈਠਾ ਅਸਲ 'ਚ ਜੋ ਸੱਚ ਨਹੀਂ ਝੂਠਾ ਉਸਨੂੰ ਸੱਚ ਮੰਨ ਬੈਠਾ ਮਨ ਬੁਰਾ ਨਹੀਂ ਸੀ ਪਰ ਮਾਇਆ ਨੇ ਪਟਕਾ ਦਿੱਤਾ ਮਾਇਆ ਨਾਲ ਹੀ ਇਹ ਭਟਕਦਾ ਫਿਰਦਾ ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਕੀ ਕਹਿੰਦੇ ਨੇ ਤ੍ਰਿਣਕੀ ਅਗਨ ਘਾਹ ਦੇ ਤੀਲੇ ਜਿਹੜੇ ਨੇ ਪੁਰਾਣੇ ਜ਼ਮਾਨੇ 'ਚ ਛੋਟੇ ਹੁੰਦੇ ਸੀ ਬੱਚੇ ਅਤੇ ਕੱਖ ਇਕੱਠੇ ਕਰਕੇ ਨਾ ਸਿਆਲਾਂ ਨੂੰ ਧੂਣਾ ਲਾ ਲੈਣਾ ਅਤੇ ਧੂਣਾ ਸਿੱਕਣਾ ਉਹ ਧੂਣੀ ਸਿੱਕਣੀ ਉਸਦਾ ਪ੍ਰਮਾਣ ਪਾਤਸ਼ਾਹ ਲੈਂਦੇ ਨੇ ਕਹਿੰਦੇ ਜਿਹੜੀ ਕੱਖਾਂ ਦੀ ਉਹ ਅੱਗ ਹੈ
ਥੋੜ੍ਹੀ ਦੇਰ ਲਈ ਤਾਂ ਗਰਮਾਇਸ਼ ਦਿੰਦੀ ਆ, ਪਰ ਅਜੇ ਗਰਮਾਇਸ਼ ਆਈ ਹੁੰਦੀ ਆ ਉਨੀ ਦੇਰ ਨੂੰ ਫਿਰ ਠੰਡ ਲੱਗਣ ਲੱਗ ਪੈਂਦੀ। ਕਹਿੰਦੀ ਉਹ ਬੁਝ ਗਈ, ਕੱਖਾਂ ਦੀ ਅੱਗ ਹੈ। ਸਤਿਗੁਰ ਕਹਿੰਦੇ ਮਾਇਆ ਦਾ ਵੀ ਇਹੀ ਹਾਲ ਹੈ, ਇਹ ਥੋੜ੍ਹੀ ਦੇਰ ਲਈ ਇਹ ਨਿੱਘ ਦਿੰਦੀ ਆ, ਫਿਰ ਉਸ ਤੋਂ ਵੀ ਜ਼ਿਆਦਾ ਕੰਬਣੀ ਛੇੜ ਦਿੰਦੀ। ਆਖੋ ਸਤਨਾਮ ਵਾਹਿਗੁਰੂ। ਮੇਘ ਕੀ ਛਾਇਆ, ਮੇਘ ਬੱਦਲ ਨੂੰ ਕਹਿੰਦੇ ਨੇ। ਕਹਿੰਦੇ ਜਿਹੜਾ ਬੱਦਲ ਆ ਕਿਤੇ ਅੱਗੇ ਆ ਜਾਏ ਸੂਰਜ ਦੇ ਗਰਮੀਆਂ ਦੇ ਵਿੱਚ, ਬੰਦਾ ਕਹਿੰਦਾ ਆਨੰਦ ਆ ਗਿਆ, ਠੰਡ ਹੋ ਗਈ। ਅਤੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਠੰਡ ਪਈ ਆ ਨਾ, ਇਹ ਤਾਂ 5-10 ਮਿੰਟ ਬਾਅਦ ਬੱਦਲ ਨੇ ਇੱਕ ਪਾਸੇ ਹੋ ਜਾਣਾ, ਉੱਦਾਂ ਹੀ ਫਿਰ ਗਰਮੀ 'ਚ ਪੁੱਜ ਜਾਏਗਾ। ਇਹੀ ਹਾਲ ਤੇਰੀ ਮਾਇਆ ਦਾ ਹੋਣਾ, ਇਹ ਜਿਹੜੀ ਥੋੜ੍ਹੀ ਦੇਰ ਲਈ ਤੈਨੂੰ ਠੰਡਕ ਮਹਿਸੂਸ ਹੁੰਦੀ ਹੈ ਨਾ, ਇਹ ਬਹੁਤੀ ਦੇਰ ਰਹਿਣੀ ਨਹੀਂ ਉਸ ਬੱਦਲ ਦੀ ਤਰ੍ਹਾਂ। ਗੋਬਿੰਦ ਭਜਨ ਬਿਨ ਹੜ ਕਾ ਜਲ, ਜੇ ਮਾਇਆ ਦੇ ਨਾਲ ਬੰਦਗੀ ਹੋ ਗਈ ਕਿਤੇ, ਜੇ ਮਾਇਆ ਦੇ ਨਾਲ ਗੁਰੂ ਨਾਲ ਜੁੜ ਗਿਆ, ਜੇ ਮਾਇਆ ਦੇ ਨਾਲ ਗੁਰਮਤਿ ਦੀ ਸੋਝੀ ਆ ਗਈ, ਜੇ ਮਾਇਆ ਦੇ ਨਾਲ ਨਾਲ ਦੇ ਨਾਲ ਸੱਚ ਪਤਾ ਲੱਗ ਗਿਆ, ਤੇ ਪਾਤਸ਼ਾਹ ਕਹਿੰਦੇ ਗੋਬਿੰਦ ਭਜਨ ਬਿਨ। ਜੇ ਗੋਬਿੰਦ ਦੀ ਬੰਦਗੀ ਨਹੀਂ ਹੋਈ ਪਰਮਾਤਮਾ ਦੀ, ਹੜ੍ਹ ਦੇ ਪਾਣੀ ਵਰਗੀ ਆ, ਤੁਹਾਡੇ ਨੇੜੇ ਹੀ ਆ, ਨਦੀ ਵਗਦੀ ਆ, ਕਦੇ ਕਦੇ ਆ ਜਾਂਦੀ ਆ, ਜਿੰਨੀ ਗੰਦਗੀ ਆ ਉਹ ਸੁੱਟ ਦਿੰਦੀ ਲਿਆ ਕੇ। ਜ਼ਮੀਨ ਰੋੜ ਸਿੱਟਦੀ ਆ, ਰੁੱਖ ਪੜ ਸਿੱਟਦੀ ਆ, ਪਰ ਕੁਛ ਹੀ ਮਿੰਟਾਂ ਬਾਅਦ, ਕੁਝ ਹੀ ਘੰਟਿਆਂ ਬਾਅਦ ਉੱਥੇ ਗੰਦ ਤਾਂ ਪਿਆ ਹੁੰਦਾ ਪਰ ਪਾਣੀ ਨਹੀਂ ਹੁੰਦਾ। ਉਸ ਦਾ ਪ੍ਰਮਾਣ ਫਿਰ ਪਾਤਸ਼ਾਹ ਜੀ ਲੈਂਦੇ ਨੇ, ਕਹਿੰਦੇ ਜਿਵੇਂ ਹੜ੍ਹ ਦਾ ਪਾਣੀ ਸਭ ਕੁਝ ਰੋੜ ਕੇ ਲੈ ਜਾਂਦਾ ਅਤੇ ਦਿੰਦਾ ਲੈਂਦਾ ਕੱਖ ਨਹੀਂ, ਇਵੇਂ ਗੋਬਿੰਦ ਭਜਨ ਤੋਂ ਬਗੈਰ ਜਿਹੜੀ ਮਾਇਆ ਇਹਨੇ ਤੇਰਾ ਸਭ ਕੁਝ ਰੋੜ ਕੇ ਲੈ ਜਾਣਾ। ਆਖੋ ਸਤਨਾਮ ਵਾਹਿਗੁਰੂ। ਇਹਨੇ ਰੋੜ ਕੇ ਲੈ ਜਾਣਾ ਤੇਰਾ ਸਭ ਕੁਝ, ਬਚਨ ਕੁਝ ਨਹੀਂ ਦੇਣਾ। ਇਸ ਕਰਕੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਹਮਰੀ ਬੇਦਨ ਹਰ ਪ੍ਰਭ ਜਾਣੈ। ਇੱਕ ਦਰਦ ਉਹ ਹੈ ਜਿਹੜਾ ਦੁਨਿਆਵੀ ਹੈ, ਉਹ ਲੋਕ ਤੁਸੀਂ ਵੀ ਜਾਣਦੇ ਹੋ ਤਾਂ ਅਸੀਂ ਵੀ ਜਾਣਦੇ ਹਾਂ। ਦੁਖੀ ਹੈ ਪੁੱਤਰ ਵੱਲੋਂ, ਦੁਖੀ ਹੈ ਧੀ ਵੱਲੋਂ, ਦੁਖੀ ਹੈ ਘਰ ਵਾਲੇ ਵੱਲੋਂ, ਘਰ ਵਾਲੀ ਵੱਲੋਂ, ਦੁਖੀ ਹੈ ਗੁਆਂਢੀਆਂ ਤੋਂ। ਉਹ ਚੀਜ਼ ਜਿਹੜੀ ਇਹਨੂੰ ਪਤਾ, ਇਹਨੂੰ ਦਰਦ ਦਾ ਪਤਾ। ਪਰ ਇੱਥੇ ਪਾਤਸ਼ਾਹ ਕਹਿੰਦੇ ਕਿ ਇਹੋ ਜਿਹੀ ਬੇਦਨ, ਇਹੋ ਜਿਹੀ ਦਰਦ ਹੈ ਉਹ ਸਿਰਫ ਮੇਰੇ ਸਤਿਗੁਰੂ ਹੀ ਜਾਣਦੇ ਨੇ। ਆਖੋ ਸਤਨਾਮ ਵਾਹਿਗੁਰੂ। ਮੇਰੇ ਮਨ ਅੰਤਰ ਕੀ ਪੀਰ, ਮੇਰੇ ਮਨ ਦੇ ਅੰਦਰ ਇੱਕ ਚੀਜ਼ ਫੁੱਟਦੀ ਆ, ਇੱਕ ਮਿੱਠੀ ਮਿੱਠੀ ਦਰਦ ਹੈ, ਉਹਦਾ ਦੁੱਖ ਨਹੀਂ ਪਰ ਉਹ ਪੀੜ ਹੀ ਇੰਨੀ ਹੈ। ਉਹ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦਾ ਮਨ ਅਤੇ ਸੁਰਤ ਲੀਨ ਰਹਿੰਦੀ ਆ। ਕਦੇ ਉਸ ਮਾਰਗ ਵੱਲ ਵੀ ਕਦੇ ਕਦੇ ਬੈਠ ਕੇ ਸਿਮਰਨ ਵਿੱਚ ਜਾਇਆ ਕਰੋ, ਸਮਾਂ ਕੱਢਿਆ ਕਰੋ। ਸਾਰਿਆਂ ਲਈ ਸਮਾਂ ਕੱਢਦਾ, ਘਰਦਿਆਂ ਲਈ, ਬਾਹਰਲਿਆਂ ਲਈ, ਆਪਣੇ ਲਈ ਇਹਦੇ ਕੋਲ ਕੋਈ ਸਮਾਂ ਨਹੀਂ। ਆਪਣੇ ਲਈ ਇਹਦੇ ਕੋਲ ਜਦੋਂ ਦਾ ਜੰਮਿਆ ਉਦੋਂ ਸਮਾਂ ਹੀ ਨਹੀਂ ਕੱਢਿਆ ਇਹਨੇ, ਕਿ ਸਿਰਫ ਆਪਣੇ ਜਾਣਨ ਲਈ ਵੀ ਸਮਾਂ ਚਾਹੀਦਾ ਸੀ। ਸਭ ਕੁਝ ਜਾਣਦਾ ਹੈ, ਸਾਇੰਸ ਨਾਲ ਸਭ ਕੁਝ ਜਾਣਦਾ, ਕੀ ਨਹੀਂ ਜਾਣਦਾ ਹੈ, ਪਰ ਇਹਨੂੰ ਆਪਣੇ ਬਾਰੇ ਕੁਝ ਵੀ ਨਹੀਂ ਪਤਾ। ਇਹਨੂੰ ਗੁਆਂਢੀਆਂ ਬਾਰੇ ਜਿੰਨਾ ਮਰਜ਼ੀ ਪੁੱਛ ਲਓ, ਪਿੰਡ ਬਾਰੇ ਜਿੰਨਾ ਮਰਜ਼ੀ ਪੁੱਛ ਲਓ, ਲੋਕਾਂ ਬਾਰੇ ਜਿੰਨੀਆਂ ਮਰਜ਼ੀ ਪੁੱਛ ਲਓ, ਪਰ ਇਹਨੂੰ ਆਪਣੇ ਬਾਰੇ ਕੋਈ ਸੋਝੀ ਹੈ ਨਹੀਂ ਵੀ ਮੈਂ ਕੀ ਹਾਂ। ਅਤੇ ਸਤਿਗੁਰ ਇਸ ਨੂੰ ਪੁੱਛਦੇ ਨੇ ਵੀ ਤੂੰ ਆਇਆ ਕਿੱਥੋਂ ਆ, ਸੁਣ ਰੇ ਤੂੰ ਕੌਣ, ਕਹਾਂ ਤੇ ਆਇਆ, ਸੁਣ ਤੂੰ ਕਿੱਥੋਂ ਆਇਆ, ਕਰਨ ਕੀ ਆਇਆ,
ਕਰਨ ਕੀ ਲੱਗ ਪਿਆ, ਕਰਨਾ ਕੀ ਚਾਹੀਦਾ ਸੀ? ਪਾਤਸ਼ਾਹ ਪੁੱਛਦੇ ਨੇ, ਤਰੀ ਕਹਿੰਦੇ ਨੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਲੈ। ਆਓ ਫਿਰ मेरे हर प्रीतम की कोई बात सुनावे, मेरे हर प्रीतम की कोई बात सुनावे। सो भाई सो मेरा वीर, भाई सो मेरा वीर, सो भाई सो मेरा वीर, मेरे हर प्रीतम की कोई बात सुनावे, मेरे हर प्रीतम की कोई बात सुनावे। मिल मिल सखी गुण कौ मेरे प्रभु के, मिल मिल सखी गुण कौ मेरे प्रभु के, ले सतगुर की मत तीर, ले सतगुर की मत तीर, ले सतगुर की मत तीर, मेरे हर प्रीतम की कोई बात सुनावे, मेरे हर प्रीतम की कोई बात सुनावे। मिल मिल सखी गुण को मेरे प्रभु के, कदे देखिया तुसीं बारिश पैंदी एक एक बूंद, एक बूंद मारगी नहीं हो सकती, चल नहीं सकती, जदों हजारां बूंदां कठियां हो जांदियां ने ते झरना बन जांदा, कई झरने मिलके नदी बन जांदी है ते नदियां मिलके दरिया बन जांदे ने ते दरिया मिलके सागर बन जांदा। जिन्नियां बैठियां ने बूंदां बैठियां ने, आ साध संगत च बूंद रूप असी बैठे हाँ, इकट्ठे होके मार्गी होना पएगा, गुरु वल चलना पएगा। इस करके साध संगत नूं वैकुंठ कहा, साध संगत वैकुंठ आहे, साध संगत वैकुंठ है, पर इनू तक दे लगा नहीं, कदे लगा होगा तो वड़ पागे हो। बेनती कर रहे असी आप जी, पातशाह कहते छोड़ सियाणप बहुत चतराई, जे इस पासे वल आना तो चलाकी छड़ दे, चतराई छड़ दे, की हुंदा? सिमरन सेवा सत्संग करदे करदे मन षडयंत्र छड़ जांदा, मन चलाकियां छड़ जांदा, ते पातशाह कहिंदे भोले पाए मिले रघु राया, भोला हो जांदा। भोले दा मतलब इह नहीं वी लोक कपड़े ला के लै जाण, आखो सतनाम वाहिगुरु, अपनी उस दरिंदगी नूं छड़ दिंदा ए सिमरन करदे करदे। फिर प्यारा बच्चा नहीं, शरीफ बच्चा नहीं हो जांदा, इस तरह बन जांदा पातशाह कहिंदे ने। फिर इस नूं पै रहिंदा सतगुर देखते ने, जो मैं करदा उन्हू दिसदा है, वह अंदर ही बैठा देखदा, उसनू पता है। एक ख्याल रखना इसनू, इनू एक गल कहनी भी वह सब कुछ जानदा ते तेरे अंदर ही बैठा है। असी नहीं कहते, पातशाह कहते ने अंतर बाहर प्रभु का वासा, ये गुर ज्ञान बताई, तेरे अंदर भी रब है तेरे बाहर भी रब है, फिर तू कित्थे रहना ए दस।
पर फिर धन गुरु रामदास जी महाराज कृपा करके कहते मिल मिल सखी। देखो ना कि दूरों दूरों असी सारे आए हाँ, मिलके बूंद बूंद नदी सागर वल नूं तुर पई। सुरतां सुरत जिहड़ी है सारिआं दी इकट्ठे होके गुरु चरणां वल तुर पई। तू साध संगत च बैठिया कर ते तेरा जिहड़ा खुदी पुराना इह निकल जाऊ सारा। आखो सतनाम वाहिगुरू। पर उदों उदों गल बननी है जदों इहनूं गुरु रूप समझिआ साध संगत नूं। जद ये समझदा भी फलानी पार्टी भी आई या पुराना ग्रुप भी आया फिर की लेना इन्हें इथों। आखो सतनाम वाहिगुरु। फिर कुछ नहीं लभना, फिर भावे दस युग बैठे रहो, फिर भीड़ आ, फिर संगत नहीं, फिर संगत नहीं। दो कर जोड़ साध संग चल, की कहते पातशाह दोए कर, हाथ भी दो ने, अखां भी दो ने, कन भी दो ने, पैर भी दो ने, हाथ भी दो ने, ये करदे ने सब कुछ। फिर बेनती सुननी, एक अख एदी गुरु वाला, एक अख एदी दुनिया वाला, ये है इहदा हाल। एक हाथ दा गुरु वाला, एक हाथ दुनिया वाला, एक पैर गुरु वाला, दूजा पैर दुनिया वाला। दस सही करदा की है तू? आखो सतनाम वाहिगुरु। पातशाह बेनती करदे कहंदे ने दोए कर जोड़ साध संग चल। एक अरदास कर गयो, दाता इन्हां दोनों हाथां नूं बन दियो, ये पाप करन तो दूजे दा गल घुटन तो रुक जान। आखो सतनाम वाहिगुरु। ये दूजे नूं लुटन तो रुक जान, ये दूजे दा बुरा करन तो रुक जान। ये दाता दो नेत्र दिते ने, ते बाबा कबीर साहब इहदे बारे कुछ कहंदे ने। दोए दो लोचन पेखा हो, हर बिन अवर न देखा। दोए दो लोचन पेखा हो, हर बिन अवर न देखा। दोए दो लोचन पेखा हो, हर बिन अवर न देखा। दोए दो लोचन पेखा लोचन देखा, हर बिन अवर न देखा। हर बिन अवर न देखा, हर बिन अवर न देखा। हर बिन अवर न देखा, हर बिन अवर न देखा। दोए दोए लोचन पेखा ओ, हर बिन अवर न देखा। दोए दोए लोचन पेखा ओ, हर बिन अवर न देखा। लोचन लोचन अखां नूं कहिंदे ने। दोए दोए लोचन पेखा हो, हर बिन अवर न देखा। जे इच्छा है दाता ये अखां सिर्फ तेरा ही दीदार करन सतगुरु। क्यों प्यारे हो, की कह रही बाणी? ये तो ये अखां ते थक गईयां पराया तन देख के, पराया धन देख देख के ललचाया बैठा। आखो सतनाम वाहिगुरु। मैं बेनती कर रहा सी आप जी नूं,
ਇਹਦੀਆਂ ਲਾਲ ਅੱਖਾਂ ਲਲਚਾ ਗਈਆਂ, ਪਰਾਇਆ ਤਨ ਦੇਖ ਦੇਖ, ਪਰਾਇਆ ਧਨ ਦੇਖ ਦੇਖ ਮੈਲੀਆਂ ਹੋ ਗਈਆਂ। ਹੱਥ ਦਿੱਤੇ ਸੀ ਪਾਤਸ਼ਾਹ, ਕਹਿੰਦੇ ਨੇ ਦਾਤਾ ਇਹਨਾਂ ਨੂੰ ਬੰਨ ਦਿਓ, ਇਹ ਤੇਰੀ ਸੇਵਾ ਕਰਨ, ਗੁਰਮੁਖਾਂ ਦੀ ਸੇਵਾ ਕਰਨ, ਸਾਧ ਸੰਗਤ ਦੀ ਸੇਵਾ ਕਰਨ, ਤੇਰਾ ਰੂਪ ਸਮਝ ਕੇ ਇਹਨਾਂ ਦਾ ਦੁੱਖ ਵੰਡਾਉਣ, ਅਰਦਾਸ ਕਰਿਆ ਕਰੋ। ਇਹ ਪੈਰ ਦਾਤਾ ਤੇਰੇ ਦਰਸ਼ਨ ਵੱਲ ਹੀ ਆਉਣ ਜਦ ਵੀ ਆਉਣ, ਤੇਰੀ ਸਾਧ ਸੰਗਤ ਵੱਲ ਹੀ ਆਉਣ ਜਦ ਵੀ ਆਉਣ, ਤੇਰੇ ਦਰਬਾਰ ਵੱਲ ਹੀ ਆਉਣ ਜਦ ਵੀ ਆਉਣ। ਪਰ ਕਿੰਨਾ ਬੁਰਾ ਹੈ ਜਦ ਸ਼ਰਾਬ ਖਾਨੇ ਨੂੰ ਜਾਂਦੇ ਨੇ, ਇਹ ਹੀ ਪੈਰ ਜਦੋਂ ਇਹ ਸ਼ਰਾਬ ਖਾਨੇ ਨੂੰ ਜਾਂਦੇ ਨੇ ਤੇ ਸਤਿਗੁਰ ਕਹਿੰਦੇ ਨੇ ਦਿੱਤੇ ਤਾਂ ਤੈਨੂੰ ਇਸ ਪਾਸੇ ਨੂੰ ਆਉਣ ਲਈ ਸੀ, ਤੂੰ ਕਿੱਧਰ ਤੁਰ ਪਿਆ? ਕੰਨ ਦਿੱਤੇ ਸੀ ਬਾਣੀ ਸੁਣ ਲਈ, ਗੁਰੂ ਮਹਿਮਾ ਸਰਵਣ ਕਰਨ ਲਈ, ਇਹ ਗੰਦੇ ਗਾਣੇ ਸੁਣਦਾ? ਇਸ ਕਰਕੇ ਇਹਦੀ ਸੁਰਤ ਜਿਹੜੀ ਹੈ ਬਹੁਤ ਮੈਲੀ ਹੋ ਗਈ। ਅਤੇ ਪਾਤਸ਼ਾਹ ਕਹਿੰਦੇ ਤੂੰ ਇੱਕ ਅਰਦਾਸ ਕਰਿਆ ਕਰ। ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ, 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 ਹਮ ਮੈਲੇ ਤੁਮ ਉਜਲ ਕਰ ਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਇਹ ਨਹੀਂ ਕਹਿੰਦਾ, ਇਹ ਨਹੀਂ ਕਹਿੰਦਾ, ਇਹ ਕਹਿੰਦਾ ਤੂੰ ਮੂਰਖ, ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਇੱਕ ਅਰਦਾਸ ਕਰ, ਜੇ ਬਖਸ਼ਿਆ ਜਾਣਾ ਨਾ ਇੱਕ ਕੰਮ ਕਰ, ਤੂੰ ਇਹ ਕਹਿ ਦੇ ਤੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਜਪ ਮਨ ਸਤ ਨਾਮ ਲੱਗਦੇ ਨੇ। ਸੁਣਨਾ ਜ਼ਰਾ, ਇਹਦੇ ਵਿੱਚੋਂ ਹੀ ਇਹ ਫਲ ਲੱਗੇ ਨੇ ਨਾ ਸਰੀਰਾਂ ਚੋਂ ਹੀ। ਅਤੇ ਇੱਥੇ ਮਾਲਕ ਕਹਿੰਦੇ ਮਾਨਕ ਦੇ ਕਾ ਉੱਤਮ ਫਲ ਕੀ ਹੈ, ਸਿਮਰ ਸੁਆਮੀ ਅੰਤਰ ਜਾਮੀ। ਓਹ ਪਾਤਸ਼ਾਹ ਕਹਿੰਦੇ ਵੇਦ ਵਖਿਆਨ ਕਰਤ ਸਾਧੂ ਜਨ, ਰੱਬ ਦੇ ਪਿਆਰੇ ਵੇਦਾਂ ਸ਼ਾਸਤਰਾਂ ਵਿੱਚ ਗ੍ਰੰਥਾਂ ਵਿੱਚ ਇਹ ਵਖਿਆਨ ਕਰਦੇ ਨੇ, ਦੱਸਦੇ ਨੇ, ਉਪਦੇਸ਼ ਦਿੰਦੇ ਨੇ। ਭਾਗਹੀਣ ਸਮਝਤ ਨਹੀਂ ਖਲ, ਬੜੀ ਕਰੜੀ ਪੰਕਤੀ ਆ। ਭਾਗਹੀਣ ਖਲ ਮੂਰਖ ਨੂੰ ਕਹਿੰਦੇ ਨੇ, ਕਹਿੰਦੇ ਮੂਰਖ ਸਮਝਦਾ ਨਹੀਂ, ਆਖੋ ਸਤਨਾਮ ਵਾਹਿਗੁਰੂ। ਇਹੋ ਜਿਹਾ ਭਾਗਹੀਣ ਹੈ, ਗੁਰੂ ਦੀ ਗੱਲ ਨੂੰ ਸਮਝਦਾ ਨਹੀਂ, ਸੁਣਨਾ ਵੀ ਨਹੀਂ ਚਾਹੁੰਦਾ। ਪ੍ਰੇਮ ਭਗਤ ਰਾਚੇ ਜਨ ਨਾਨਕ, ਕਿਰਪਾ ਕਰਿਓ ਜਰਾ, ਪ੍ਰੇਮ ਭਗਤ, ਪ੍ਰੇਮਾ ਭਗਤੀ ਵਿੱਚ ਰਚਿਆ ਹੋਇਆ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਰਚਿਆ ਹੋਇਆ, ਹਰ ਸਿਮਰਨ ਦਹਿਨ ਪਏ ਮਲ, ਉਹਨੂੰ ਸਿਮਰਨ ਕਰਨ ਨਾਲ ਪਵਿੱਤਰ ਹੋ ਜਾਂਦਾ, ਗੰਦਗੀ ਮੁੱਕ ਜਾਂਦੀ ਹੈ, ਮੈਲ ਉਤਰ ਜਾਂਦੀ। ਆਖੋ ਸਤਨਾਮ ਵਾਹਿਗੁਰੂ। ਗੁਰਮੁਖੋ, 3 ਵੱਜਣ 'ਚ ਤਕਰੀਬਨ, ਮੇਰੇ ਇਸ ਘੜੀ ਦੇ ਮੁਤਾਬਕ 5 ਕੁ ਮਿੰਟ 7 ਕੁ ਮਿੰਟ ਬਾਕੀ ਨੇ। ਅੱਜ ਦਾ ਦਿਨ ਤਾਂ ਗਿਆ, 2 ਦਿਨ ਰਹਿ ਗਏ ਸਿਰਫ। ਆਖੋ ਸਤਨਾਮ ਵਾਹਿਗੁਰੂ।
मिल मिल सखी गुण कहो मेरे प्रभ के, ले सतगुर की मत तीर गुरु दी मत लैला, जन नानक की हर आस पजावो। गजब मालिक दी बाणी, जद भी आखरी पंक्ति आउंदी ते बेनती दी आउंदी है, बख्श लो कृपा कर दियो अरदास मन लो, यही कुछ आउंदा। जन नानक की हर आस पजावो, हर दर्शन शांत श्री। बस इको ही गल है कि एक मैं पंक्ति पढ़ सकना, हो सकता तुसी कहो वे बारहों एक कच्ची बाणी बोलदा, पर ओदी सुरत बड़ी उची उस बाणी दी। किसे कवि ने लिखा, कहिंदे तेरी राहों में पड़े तेरा क्या लेते हैं। सुनना जी जरा, तेरे राह च ही बैठे हैं ना, ये ये सिख ते गुरु दा ये अवस्था है। तेरी राहों में पड़े हम क्या लेते हैं, बस तुम्हें देखकर दिल की बुझा लेते हैं। मांगते तो तेरे तो कुछ नहीं दाता, पर तेनू देख के शांति आ जाती, आनंद आ जाता। मंग मुक जाए सिर्फ हर दर्शन शांत शरीर, ए हो जाए सो कल फिर आओ, फिर आप जी दे दर्शन करांगे। आओ एक आखिरी पंक्ति पढ़ के फिर आप जी तो क्षमा मंगा। एक अखर जिना दे मन वसया, जीवन निहाल हो गया। अखर जिना दे मन वसया, जीवन निहाल हो गया। अखर जिना दे मन वसया, जीवन मन बसेया, जीवन निहाल हो गया। अक्सर जिना दे मन बसेया, जीवन निहाल हो गया। एक अक्सर जिना दे मन बसेया, जीवन निहाल हो गया। अक्सर जिना दे मन वसया, जीवन निहाल हो गया। एक अखर जिना दे मन वसया, जीवन निहाल हो गया। अखर जिना दे मन वसया, जीवन निहाल हो गया। एक अखर जिना दे मन बसेया, जीवन निहाल हो गया। जीवन जी निहाल हो गया, ए जीवन जी निहाल हो गया। जीवन जी अखर जिना दे मन वसया, जीवन निहाल हो गया। एक अखर जिना दे मन वसया, जीवन निहाल हो गया। एक अखर हर मन वस्त नानक होत निहाल। एक अखर हर मन वस्त, वो एक अखर ही आ। ये तो पढ़ पढ़ गड्डी लदी है, ये कदे एक किताब चुक लेंदा, कदे दूजी चुक लेंदा, कदे तीजी चुक लेंदा, कदे कहिंदा उस ग्रंथ च आ लिखिया है, उस च आ लिखिया है।
मन तो किसी नूं भी नहीं है, आखो सतनाम वाहिगुरू। सो धनवाद है पातशाह जी का जिन्होंने प्रकाशमान होकर दर्शन दिते ने। धनवाद है समूह साध संगत जी का, बहुत वड्डी गिणती विच अज पहले दिन ही आप जी आए हो। कल एक होर ड्यूटी करो, एक एक नूं होर नाल जरूर लियाउणा तां कि ये छोटा पैजा जिहड़ा टेंट आ ना, सारिआं नूं प्रेरणा देनी भी नाम दी गंगा वगदी आ, आके इशनान कर लो, आखो सतनाम वाहिगुरू। धन्नवाद है भाई बहादुर सिंह, भाई गुरविंदर सिंह हुणां दा, उहनां दे परिवार दा। हर साल बहुत वड्डा उत्तम करदे ने, महापुरशां दा वी नाल बड़ा सहयोग हुंदा, वीर जी का भी, होर सारी संगत का भी। इस सांझ है, इस समाजिक सांझ नूं बनाई रखी दा, गुरु वल आउण लई, गुरु वल लिजाण लई मन नूं प्रेरदे रहना। की पता जिसने कल नूं आउणा उहदी हाजरी दरगाही पहले ही लग जाए, आखो सतनाम वाहिगुरू। किसे दा भला नहीं कर सकदे तां बुरा नहीं करिआ करो। फिर सुनना जरा, किसे दा भला नहीं कर सकदे तां किसे दा बुरा ना करिआ करो। पुन नहीं कर सकदे तां पाप ना करिआ करो। सब तो वड्डी भगती कोई गुरद्वारे जावे, कोई मंदिर जावे, कोई मस्जिद जावे, अपनी लाइन छड्डो ना, किसे नूं बुरा कहो ना, आखो सतनाम वाहिगुरू। अपनी लाइन छड्डो ना, किसे नूं बुरा कहो ना। ख्याल रखना, रब नूं पाउण लई कोई एक तरीका नहीं, एक राह नहीं, हजारां राह ने, हजारां। पर जिहड़ा बंदा रोज ही रस्ता बदलदा उह किते भी नहीं जांदा, आखो सतनाम वाहिगुरू। एक रस्ता फड़ लै, तुरिया चल, मार्ग पता लगदा जाणा, एक दिन मंजिल आ जाएगी, एक दिन पहुंच जाएगा। पर इच्छा होई तां, जिन्हां दी इच्छा होई, जिहड़े चल पए ते पहुंच गए, उन्होंने फिर आ लिखिया, राम कली महला तीजा, आनंद एक अंकार, सतगुर प्रसाद। आनंद पाया मेरी माए, सतगुरु मैं आया, सतगुर दा पाया सहज सेती, मन वजियां बदाइयां, रागद पन परवार प्रिया, शब्द का बनिया सारे पढ़ो, तका वो हरी केरा, मन जिनी बरसाया, कहे नानक आनंद हुआ, सतगुरु मैं पाया। ए मन मेरे अपुन दारो हरनाले, हर नाल रहो तू मन मेरे, दुख सब विसारना, की कारो करे तेरा, कारज सब सवारना, नाम गला सुमरत सोमी, सो क्यों मनो विसारे, कह नानक मन मेरे सदा रहो हरनाले। साचे साहिबा क्या नहीं करती है, करता तेरे सब विच है, जिसने सो पावे, सदा सुख सला तेरी, नाम मन बसावे, नाम जिनके मन बसिया, बाजी शब्द हेरे, कह नानक सच्चे साहिब क्या नहीं करती है, सच्चा नाम मेरा आधारो, सच नाम आधार मेरा, जिन का सब गवाइया, कर शांत सुख मन आई बसिया, जिन इच्छा सब खजाइया, सदा कुर्बान पिता गुरु विट्ठो, जिस दियां इह बड़ियाइया, कह नानक सुनो संतो, शब्द धरो प्यारो, सच्चा नाम मेरा आधारो, काजे पंज जपत सतकार पागे, काज सुपागे शब्द बाजे, कला जित कर तारिया, पंच दूत दुवस कीते, काल कंठ कुमारिया, कर्म पाया हृदयन को से, नाम हर फैलागे, कह नानक कह सुख होआ, चित कर अनहद बाजे, आनंद सुनो बड़
भागी हो सगल मनोरथ पूरे पार ब्रह्म पर पाया त्रे सगल विदूरे भूख रोग संताप उतरे सुनी सच्ची वाणी संत साजन पै सबसे पूरे गुरते जानी संते पनीत से पवित्र सतगुर रहे अपर पूरे बलवंत नानक गुर चरण लागे बाजे अनहद पूरे सलोक पवन गुरु पाणी पिता माता कर कमात इसरा दोय दाई दाया इले सगल जगत चंगिया या बुरियाया वाचे धर्म दूर करनी आपो अपनी विनेड़ के दूर जिन्नी नाम आया नहीं मसकत काल नानक ते मुख उजले इती छुट्टी नाल जिन्नी नाम आया नहीं मसकत काल नानक ते मुख उजले इती छुट्टी नाल धन्यवाद है फिर सतगुरु जी का जिन्होंने स्वास ते समा बख्शिया है बहुत महान बख्शिश है शरीर दी ते स्वासां दी मालक वालों हुण सानू छुट्टी दे देना क्योंकि कई बारी बैठना बहुत मुश्किल हो जाता है होइयां भुल्लां दी खिमा कर देना जोड़ियां विच बिठाई रखना चरण धूड बख्शते रहना यही अंतम इच्छा है आओ फतेह सांझी करा वाहिगुरु जी का खालसा वाहिगुरु जी तुम मात पिता हम बारक तेरे तुम्हारी कृपा में सुख गनेर कोई न जाने तुमरा अंत उचेते उचा भगवंत सगल समगरी तुमर तुम ते हो ये सुआग्याकारी तुम्हारी गात में नानक दास सदा कुर्बानी तुद आगे अरदास हमारी जियो कहो नानक साब तेरी वड्याई कोई ना न जाने मेरा वाहिगुरु बोलना जी सतनाम श्री वाहिगुरु 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 तीने ताप निवारण हारा दुख हंता सुख रास ताको बिघन न को लागे जांकी प्रभ आगे अरदास अरदास एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लईं त्याय फिरंगद गुर ते अमरदास रामदास होई सहाय अर्जन हर गोबिंद नौ सिमरों श्री हर राय श्री हर कृष्ण त्याई जिस डठ शब्द हो जाए तेग बहादुर सिमर ऐ घर नौनिद आवै ताए सब थाई होए सहाय दसवें पातशाह श्री गुरु गोबिंद सिंह साहिब जी सब थाई होए सहाय दसां पातशाहियां दी जोत श्री गुरु ग्रंथ साहिब जी के पाठ दी दर दा ध्यान तरके बोलो जी पंजा प्यारियां चौहां साहिबजादियां चालियां मुकतियां हठियां जपियां तपियां जिन्हां नाम जपिया वंड छकिया देग चलाई तेग वाही देख के अनडिठकी तातना प्यारियां सचियारियां दी कमाई दा ध्यान तरके खालसा जी बोलो जी ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
चित आवे चित आवन का सदका सर्व सुख होवे। जहां जहां खालसा जी साहिब तहां तहां रक्षा रियायत देख तेग फते। बिरद की पैज पंथ की जीत श्री साहिब जी सहाय खालसे जी के बोल बाले। बोलो जी सिखा नो सिखी दान केस दान रहत दान विवेक दान विसाह दान भरोसा दान दाना सिर दान नाम दान श्री अमृतसर जी के इशनान। चौंकियां झंडे बुंगे जुग हो जुग अटल धर्म का जयकार। बोलो जी सिखां दा मन नीवा मत उची मत पत का रखा आप वाहिगुरु। हे अकाल पुरख अपने पंथ दे सदा सहाई दातार जीओ श्री ननकाणा साहिब ते उरपा होई। हर साल की तरह इस साल भी सतगुरु सच्चे पातशाह आप जी के दर करते प्रीतवान भाई बहादुर सिंह शहद परिवार ने आप जी के पवित्र चरणों का ओट आसरा लेंदिया सतगुरु जी तीन दिन के धार्मिक सालाना समागम उलीके जिन्हों में सतगुरु जी अज आप जी की कृपा सदका पहले दिन के समागम की प्रारंभता हुई। अमृत वेले दीवाना अंदर प्रकाशमन स्वरूप होकर आप जी ने संगतों को दर्शन दिदारियों की बख्शिश की। पावन हजूरी का आसरा लैके सतगुरु जी आप जी के हजूर अमृतमई गुरबाणी के कीर्तन गुरमत दियां कथा विचार हुई। उचेचे तौर पर पंजाब तो गुरमुख प्यारे विद्वान सज्जना ने पहुँच के आप जी के पवित्र पावन गुरबाणी के फलसफे गुरबाणी कथा और कीर्तन के राही सरवण करा के संगतां ताईं निहाल किया है। पातशाह जी कृपा करनी सतगुरु सच्चे पातशाह आप जी के पवित्र दर ते कीतियां होईयां सेवावां दर ते सफलियां करनियां महापुरखां नूं तिन्हां दे सत्कारयोग जथे नूं महाराज कृपा करनी चढ़दियां कलां बख्शिश करनियां महापुरखां नूं दे अरोगताईयां बख्शिश करनियां इसे तरह धर्म दा गुरबाणी दा प्रचार प्रसार करदे रहिण। पातशाह मेहर भरिया हथ रख के सतगुरु अपने दर घर दे इसे तरह पांधी बनाई रखना। पातशाह जीओ दूरों नेड़ों चल के सात संगतां ने अज पहले दिन के समागम अंदर आप जी के पावन दर दियां हाजरियां भरिया हन। सभना दियां हाजरियां सेवावां तिल फुल भेटावां दर प्रवान करनियां चले हुए कदम कदम लेखे चलाने सब परिवारों विखे सुख शांति की दाता वरतावनियां। पातशाह जी भाई बहादुर सिंह जी उन्होंने सहत परिवार वालों की गई सेवावान सफलियां करनिया। पातशाह जी और परिवारक सुख शांति वरतानी बच्चों के सिर पर मेहर प्रयात रखना महाराज देश प्रदेश राह पेंडे हर थान पर अंग संग सहाय होना इसे तरह अपने चरणों के ऋणी बनाई रखना। पातशाह जी और सेवावान और सिमरन परिवार को बख्शिश करते रहना। पातशाह जी संगतों की और आप जी के पवित्र चरणों की परिवार सेवा कमा रहे। पातशाह जी दीवाना की संपूर्णता मुख रखद पातशाह जी आप जी के पावन स्वरूप हित सोहने जे पुशाके परिवार वालों आप जी भेटा हुए ने आप जी ने अंगीकार किए हैं। सतगुरु कृपा करनी परिवार के कार्य सवार ने परदे गजने अंग संघ सहाई होना चढ़दियां कलाएं दातां बख्शिश करनियां। पातशाह जीओ आप जी के पवित्र दर ते भोग समय में मुख रखदियां जी पंचा अमृत कड़ाह प्रसादी देख सजा के दर ते हाजिर की है। गुरु के लंगर सजा के परिवार वालों हाजिर हुए ने महाराज आप जी कृपा करो प्रसाद नूं प्रवानगी दिओ भोग लाओ करी पाकशाल सोच पवित्रा हुण लाभो भोग हर राय भोग लग्या गुरु का प्रसाद भोग लग्या गुरु का लंगर संगत विच वरताउण दी आग्या बख्शिश करनी। पातशाह जीओ मेहर भरिया हथ रख के सतगुर सच्चे पातशाह सभना नूं दरों घरों त्रुट के गुरु सिखी जीवन सेवा सिमरन बख्शिश करना। पातशाह जी अमृत दियां दातां बख्शिश करनियां अमृत वेला बख्शिश करना अमृत गुरबाणी की पवित्र विचार जीवन के अंदर लागू होवे कृपा करनी। पातशाह सभना के सिर ते मेहर भरिया हथ रखना जीओ सतगुरु सच्चे पातशाह जी आप जी के पावन दर ते सेवा कमाउण वाले सेवादारां दे सिर ते मेहर भरिया हथ रखना। जोड़े खाने जी सेवा करन वाले वीर लंगर दी सेवा करन वाले सतगुरु सच्चे पातशाह जी वीर और होर वख वख थावां ते जो सेवावां सेवादारां दीआं लगियां हन पातशाह सभना दीआं कीतियां होईआं सेवावां सफलियां करनियां महाराज मेहर भरिया हथ रखना। आउंदा समां सुखां दे के निहाल करना जीओ छे पौड़ी आनंद साहब जी के पाठ की अरदास अखर वाधा काटा भुल चुक माफ करनी सर्वाधिक कार्य रास करने बाकी दे दो दिन दे रहिंदे समागमां विच भी पातशाह अपना मेहर भरिया हथ रख के संगतां नूं प्रेरणा बख्शिश करनी। पातशाह अपने दर घर विखे बिठा के सतगुरु जी अपने पवित्र उपदेशों का दान बख्शिश करना कृपा करो। पातशाह आईया संगतां नूं आप जी करो निहाल पवित्र दरों करों हुक्म दे उपदेश दे के निहाल निहाल करना जीओ। सेई प्यारे मेल जिन्हां मिलिया तेरा नाम चित आवै
नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा आ गया भैया गाल की तबै चलायो पंथ सब सिखण को हुक्म है गुरु मानियो गुरु ग्रंथ जी मान्यो प्रगट गुरागी जो प्रभु को मिल बोच है खोज शब्द में राज करेगा खालसा आकी रह न ख्वार होए सब मिलेंगे बचे शरण जो वाहिगुरु नाम जहा बोले सोनेहार सत श्री अकाल वाहिगुरु जी का खालसा वाहिगुरु जी की फतह। सतनाम श्री वाहिगुरु साहिब जीओ। तुम तन धनी उदार त्यागी श्रवणन सुनियत सुजस तुमार मांगो काहे रंक सब देखो तुम ही ते मेरो निस्तार। जय दियो नामा बिपसुदामा तिनको कृपा पाई है अपार कह कबीर तुम समर्थ दाते चार पदार्थ देत नवार तन सुविला जित दर्शन करना हौ बलहारी सत गुर चरना जी के दाते प्रीतम प्रभ मेरे मन जीवे प्रभ नाम चितेरे। सतनाम वाहिगुरु साहिब जी। तनासरी महला पहला कर दूजा अष्टपदिया एक ओंकार सतगुर प्रसाद गुर सागर रतनी भरपूरे अमृत संत चुगे नहीं दूरे हर रस चोग चुगे प्रभ पावे सरवर में हंस प्राण पत पावे गुर सागर रतनी भरपूरे अमृत संत चुगे नहीं दूरे हर रस चोग चुगे प्रभ पावे सरवर में हंस प्राण पत पावे क्या बग बपुड़ा छपड़ी नाए की चढ़ डूबे महल न जाए रहा रख रख चरण धरे विचारी दुविधा छोड़ भय निरंकारी मुक्त बदारथ हर रस चाखे आवन जान रहे गुर राखे सरवर हंसा छोड़ न जाए प्रेम भगत कर सहज समाए सरवर में हंस हंस में सागर अकथ कथा गुर बचनी आदर
सुन मंडल एक जोगी बैसे नारन पुरख कहो को कैसे त्रिपवन जोत रहे लिवलाई सुर नर नाथ सचे सरनाई आनंद मूल अनाथ अदारी गुरमुख भगत सहज बिचारी भगत बछल पै काटन हारे होमे मार मिले भगतार अनेक जतन कर काल संताए मरण लिखाए मंडल मह आए जन्म पदार्थ दुविधा खोवे आप ना चीन चीनस भ्रम भ्रम रोवे कहतो पढ़तो सुनतो एक धीरज धर्म धरणी धर टेक जात सत संजम हृदय समाए चौथे पद को जे मन पति आए साचे निर्मल मैल न लागे गुर कै शबद भरम भौ भागे सूरत मूरत आदि अनूप नानक जाचे साच स्वरूप साचे निर्मल मैल न लागे गुर कै शबद परम पौ भागे सूरत मूरत आद अनूप नानक जाचे साच स्वरूप वाहिगुरु जी का खालसा वाहिगुरु जी की फतेह। वाहेगुरु जी का खालसा वाहेगुरु जी की फतेह। मेरियो भैनों मेरियो वीरो बड़े प्रेम ते प्यार ना बह के प्रसाद लिया जे जेड़े बन्ने संगत मेरी भैन वीर घूमते फिरते वो इतने आके गुरु के दरबार च प्रसाद लवो दो चार मेरे वीर बड़े प्रेम ना वरतान लग पो बड़े प्यार ना वरताया जी प्यारी साध संगत जी संगतो हथ जोड़ के तुहाडे अगे बेनती ध्यान इधर करिया जी मेरे वाले मैं तो एक मूर्ति या मूर्ति नपागी जिन्हों इन्हें जगाया ते तुहाडे सामने खिलार दिता। प्यारी साध संगत जी इन्हां संतां दे कोलों बड़ा कुछ मिलता जी बहुत कुछ मिलता जी जे कोई लैके जान जोगा होवे ते लैके जान जोगा होवे पर सानू मिलदा सी इत्थे छड़ जांदे आ माफ करिया जी। अज सोमवार दा दिन ते गुरु जी काम सवारदे ने कल मंगल ते आंदे ने रल मिल मंगल गावो मेरे भाई ते बुद्ध काम सारे सुध बुधवारी भोग पैना ना समाप्ति तीन दिन का दौरान वो मेरे प्यारियो एडी दूरों आके तुहानू गड्डी भर के लियाए ने समान की देन वास्ते तुसीं इत्थे आ के नहीं लै सकते पंजाब दे विचों कित्थों चल के संत आए ने आ उन्हां संतां दी प्रेरणा दे नाल आ बहादुर सिंह दी प्यारियो ऐ शरदा दे नाल जुड़ के बह गए हो जेड़े महान आ सतसंग सुनते हो ये दरगाही बाणी जी दरगाह दे विच आउंदी है प्यारियो वो तुहाडा जीवन सवारन वास्ते तुहानू महापुरश दस के जांदे ने
ਇਸ ਰਾਹ 'ਤੇ ਚੱਲੋ ਅਤੇ ਚੱਲਦਿਆਂ ਚੱਲਦਿਆਂ ਕਿਸੇ ਦਿਨ ਸੰਗਤ ਜੀ ਮੰਜ਼ਿਲ 'ਤੇ ਪਹੁੰਚ ਜਾਓਗੇ ਅਤੇ ਮੰਜ਼ਿਲ 'ਤੇ ਜਦੋਂ ਪਹੁੰਚ ਗਏ ਪਾਰ ਉਤਾਰਾ ਹੋ ਗਿਆ। ਪਿਆਰੀ ਸਾਧ ਸੰਗਤ ਜੀ ਜਦੋਂ ਵੀ ਇੱਥੇ ਆਵੋ ਇਹਨਾਂ ਮਹਾਂਪੁਰਸ਼ਾਂ